ਆਪਾਂ ਜਦੋਂ ਛੋਟੇ ਹਾਂ ਜਦੋਂ ਤੋਂ ਹੋਸ਼ ਸੰਭਾਲੀ ਮਤਲਬ ਆਪਾਂ ਦੀਵਾਨ ਸੁਣਨ ਜਾਂਦੇ ਹੁੰਦੇ ਹਨਾ, ਸਾਨੂੰ ਡੈਡੀ ਨੇ ਦੀਵਾਨ ਸੁਣਨ ਲੈ ਜਾਣਾ, ਲਾਗੇ ਹੋਲਾ ਲੱਗਦਾ ਚਲੋ ਦੀਵਾਨ ਸੁਣ ਚੱਲੀਏ। ਉੱਥੇ ਆਪਾਂ ਸਰੰਗੀ ਵੱਜਦੀ ਸੁਣਨੀ ਜਾਂ ਕਮਿਸ਼ਨਰਾਂ ਨੂੰ ਗਾਉਂਦੇ ਸੁਣਨਾ, ਫਿਰ ਗੁਰਦੁਆਰੇ ਪਾਠ ਹੋਣਾ, ਗੁਰਦੁਆਰੇ ਸੰਖ ਵੱਜਦਾ ਹੁੰਦਾ ਸੀ, ਬਾਬਾ ਜੀ ਸੰਖ ਵਜਾਉਂਦੇ ਹੁੰਦੇ ਹਨ, ਉਹਦੀਆਂ ਪਿੰਡ ਦੇ ਪਿਛਲੇ ਪਾਸੇ ਸਾਡੇ ਘਰਾਂ ਤੱਕ ਆਵਾਜ਼ ਆਉਣੀ, ਅਤੇ ਮਨ 'ਚ ਨਾ ਕੋਈ ਵੀ ਸਾਜ ਵੱਜਦਾ ਵੇਖ ਕੇ ਮਨ 'ਚ ਖਿਆਲ ਆਉਣਾ ਵੀ ਜੇ ਸਾਰਾ ਪਿੰਡ ਹੀ ਸੰਖ ਵਜਾਵੇ ਕਿੱਡੀ ਤਕੜੀ ਆਵਾਜ਼ ਬਣਦੀ ਹੈ, ਹੈ ਨਾ। ਜੇ ਰਾਗੀ ਕੀਰਤਨ ਕਰ ਰਿਹਾ ਹੈ ਤਾਂ ਜੇ ਉਹ ਸਾਰਾ ਪਿੰਡ ਹੀ ਕੀਰਤਨ ਕਰੇ ਤਾਂ ਕਿੱਡੀ ਵੱਡੀ ਗੱਲ ਬਣਦੀ ਹੈ। ਫਿਰ ਜਦੋਂ ਬਾਬਾ ਜੀ ਅਨੰਦ ਸਾਹਿਬ ਪੜ੍ਹਦੇ ਹਨ ਵਾਜੇ ਅਨਹਦ ਤੂਰੇ, ਅਨਹਦ ਤੂਰੇ ਕੀ ਹੁੰਦਾ ਹੈ, ਤੂਰੇ ਮਤਲਬ ਵਾਜੇ ਅਨਹਦ, ਅਨਹਦ ਨੇ ਬੜਾ ਪ੍ਰਭਾਵਿਤ ਕੀਤਾ ਵੀ ਹਾਂ ਇੱਕ ਇਲਾਹੀ ਸੰਗੀਤ ਹੁੰਦਾ। ਅਤੇ ਇਸ ਤਰੀਕੇ ਨਾਲ ਆਪਣਾ ਸ਼ੌਂਕ ਵੱਧਦਾ ਗਿਆ, ਢਾਡੀਆਂ ਦੇ ਲਾਗੇ ਗਏ, ਫਿਰ ਉਹਨਾਂ ਨੂੰ ਮਿਲਣਾ ਕਰਨਾ, ਜਾ ਕੇ ਸਰੰਗੀ ਵੇਖਣੀ, ਵੱਜਦੀ ਵੇਖਣੀ ਵੀ ਹਾਂ ਕਿੱਡੀ ਸੋਹਣੀ ਆਵਾਜ਼ ਹੈ, ਕਿੱਡੀ ਇਹਦੇ ਨਾਲ ਗੱਲਬਾਤ ਬਣਦੀ ਹੈ। ਫਿਰ ਹੌਲੀ ਹੌਲੀ ਸਾਜ਼ ਸਿੱਖਣਾ ਸ਼ੁਰੂ ਕੀਤਾ, ਅਤੇ ਸਾਜ਼ ਸਿੱਖਦਿਆਂ ਫਿਰ ਹੋਰਨਾਂ ਸਾਜ਼ਾਂ ਦਾ ਵੀ ਪਤਾ ਲੱਗਾ, ਫਿਰ ਸਰੰਦੇ ਦਾ, ਦਿਲਰੁਬਾ, ਤਾਊਸ, ਰਬਾਬ, ਹੌਲੀ ਹੌਲੀ ਫਿਰ ਆਪਾਂ ਸਾਜ਼ਾਂ ਵੱਲ ਵੱਧਦੇ ਗਏ। ਇੱਕ ਨਾ ਜਿੱਦਾਂ ਪੰਜਾਬ ਦੀਆਂ ਹਵਾਵਾਂ 'ਚੋਂ ਹੀ ਕਹਿ ਲਓ ਵੀ ਗੱਲਬਾਤ ਮਨ 'ਚ ਵੱਸ ਗਈ, ਉਦੋਂ ਬਾਣੀ ਦਾ ਐਡਾ ਕੋਈ ਆਪਾਂ ਨੂੰ ਗਿਆਨ ਵੀ ਨਹੀਂ ਹੈਗਾ, ਫਿਰ ਵੀ ਇੱਕ ਅਨਹਦ ਤੂਰੇ ਜਿਹੜਾ ਮਨ 'ਚ ਕਿੱਦਾਂ ਵੱਸ ਗਿਆ, ਕਿੱਦਾਂ ਉਹਦਾ ਅਰਥ ਹੋ ਗਿਆ ਮਨ 'ਚ, ਇਹ ਮੈਨੂੰ ਵੀ ਸਮਝ ਨਹੀਂ, ਅਕਾਲ ਪੁਰਖ ਦੀ ਹੀ ਕਿਰਪਾ ਹੈ। ਅਤੇ ਇਸ ਤਰ੍ਹਾਂ ਕਰਕੇ ਮਤਲਬ ਸਾਜ਼ਾਂ ਦਾ ਆਪਾਂ ਨੂੰ ਸ਼ੌਂਕ ਪੈ ਗਿਆ। ਸਰੰਗੀ ਤੋਂ ਇਹ ਗੱਲਬਾਤ ਸ਼ੁਰੂ ਹੋਈ, ਸਰੰਗੀ ਤੋਂ ਫਿਰ ਸਰੰਦਾ, ਦਿਲਰੁਬਾ, ਤਾਊਸ, ਇਹਨਾਂ ਨਾਲ ਗੱਲ ਅੱਗੇ ਵਧੀ। ਫਿਰ ਸਰੰਦੇ ਬਾਰੇ ਮੈਨੂੰ ਪਤਾ ਲੱਗਾ ਵੀ ਗੁਰਰਾਜਾਂ ਦੇ ਮਹਾਰਾਜ ਸਾਜ਼ ਸਰੰਦਾ ਵਜਾਉਂਦੇ ਰਹੇ ਨੇ, ਅਤੇ ਫਿਰ ਕੁਝ ਉਹਦਾ ਦਰਬਾਰ ਸਾਹਿਬ ਮਿਊਜ਼ੀਅਮ 'ਚੋਂ ਲੈ ਕੇ ਨਾਪ ਅਤੇ ਸਾਜ਼ ਤਿਆਰ ਕੀਤਾ, ਫਿਰ ਉਹਨੂੰ ਸਿੱਖਿਆ, ਵਜਾਇਆ, 2-2.5 ਸਾਲ ਆਪਣਾ ਵਜਾ ਕੇ ਫਿਰ ਸੋਚਿਆ ਵੀ ਇਹ ਤਾਂ ਸਮੁੰਦਰ ਹੈ ਨਾ, ਇਹ ਆਪਾਂ ਕਦੇ ਪਾ ਹੀ ਨਹੀਂ ਸਕਦੇ, ਪਰ ਜਿੰਨਾ ਕੁ ਪਾਇਆ ਆ ਉਨਾ ਕੁ ਵੰਡਣਾ ਸ਼ੁਰੂ ਕਰ ਦਿਉ।
ਨਿਆਣੇ ਨੂੰ ਸਿਖਾਓ ਕਿ ਜੋ ਮਨ 'ਚ ਗੱਲ ਚੱਲਦੀ ਹੁੰਦੀ ਸੀਗੀ ਅਤੇ ਸਾਰਾ ਪਿੰਡ ਕੀਰਤਨ ਕਰੇ, ਜੇ ਇੱਕ ਰਾਗੀ ਕੀਰਤਨ ਕਰ ਰਿਹਾ ਸਾਰਾ ਪਿੰਡ ਹੀ ਉਹ ਸ਼ਬਦ ਪੜ੍ਹੇ ਅਤੇ ਕਿੱਡੀ ਵਧੀਆ ਗੱਲਬਾਤ ਬਣੇ, ਕਿ ਉਹਨਾਂ ਚੀਜ਼ ਸ਼ੁਰੂ ਕੀਤੀ ਜਾਵੇ ਅਤੇ ਕਿ ਯਕੀਨ ਜਿਹਾ ਵੀ ਹੁੰਦਾ ਇਹ ਮਨ 'ਚ ਕਿ ਉਹ ਚੀਜ਼ ਬਣ ਸਕਦੀ ਹੈ। ਫਿਰ ਪਿੰਡ 'ਚ ਸਿਖਾਉਣਾ ਸ਼ੁਰੂ ਕਰ ਦਿੱਤਾ, ਅਜੇ ਤੱਕ ਉਹ ਸਿਲਸਿਲਾ ਜਾਰੀ ਆ ਕਿ ਨਿਆਣੇ ਸਿੱਖ ਰਹੇ ਨੇ, ਗਾ ਰਹੇ ਨੇ, ਵਜਾ ਰਹੇ ਨੇ, ਇਸ ਤਰੀਕੇ ਨਾਲ ਗੱਲਬਾਤ ਤੁਰੀ। ਨਕਾਸ਼ੀ ਹੈ, ਕਢਾਈ ਹੈ, ਉਹ ਖੁਦ ਵੀ ਕਰ ਲਈ ਦੀ ਹੈ ਅਤੇ ਜ਼ਿਆਦਾ ਲੋੜ ਹੋਵੇ ਤਾਂ ਜਾਂ ਜ਼ਿਆਦਾ ਸਾਜ ਹੋਣ ਤਾਂ ਬਾਹਰੋਂ ਜਿਹੜੇ ਕਾਰੀਗਰ ਨੇ ਉਹਨਾਂ ਕੋਲ ਵੀ ਸਾਜ ਦੇ ਢਾਂਚਾ ਆਪ ਤਿਆਰ ਕਰਕੇ ਉਹਨਾਂ ਕੋਲ ਕਢਾਈ ਕਰਵਾ ਲੈਣੀ, ਜਾਂ ਕਈ ਪੇਂਟ ਕਰਵਾਉਂਦੇ ਨੇ ਸਾਜ ਨੂੰ, ਪਾਲਿਸ਼ ਕਰਵਾਉਂਦੇ ਨੇ ਆਲਾ ਦਰਜੇ ਦਾ, ਜਿਹਨਾਂ ਕੋਲ ਬਹੁਤ ਚੰਗੀ ਕੁਆਲਿਟੀ ਦਾ ਉਹ ਬਾਹਰੋਂ ਵੀ ਆਪਾਂ ਕਰਵਾ ਸਕਦੇ ਹਾਂ, ਉਹਨਾਂ ਕੋਲ ਕਰਵਾ ਵੀ ਲਈਦਾ। ਅਤੇ ਇਹਨਾਂ ਸਾਜਾਂ ਉੱਪਰ ਵੱਖ ਵੱਖ ਤਰ੍ਹਾਂ ਦੀਆਂ ਤਾਰਾਂ ਪੈਂਦੀਆਂ ਨੇ, ਪਿੱਤਲ ਦੀ, ਤਾਂਬੇ ਦੀ, ਸਟੀਲ ਦੀ, ਫਿਰ ਸਰੰਗੀ ਦੇ ਉੱਪਰ ਲੋਹੇ ਦੀ ਤਾਰ ਵੀ ਪੈਂਦੀ ਹੈ, ਅਤੇ ਉੱਪਰ ਜਿਹੜੇ ਜਿਨ੍ਹਾਂ ਦੇ ਗਜ ਫਿਰਦਾ ਉਹ ਤੰਦੀਆਂ ਪੈਂਦੀਆਂ ਨੇ। ਤੰਦੀ ਜਿਹੜੀ ਹੁੰਦੀ ਹੈ ਬੱਕਰੀ ਦੇ ਨਾੜਾਂ ਨੂੰ ਸੁਕਾ ਕੇ ਬਣਾਈ ਜਾਂਦੀ ਹੈ। ਫਿਰ ਸਾਜਾਂ ਦੇ ਉੱਪਰ ਚਮੜਾ ਲੱਗਦਾ, ਕਿਸੇ 'ਤੇ ਬੱਕਰੀ ਦੀ ਖਲ ਲੱਗਦੀ ਹੈ, ਕਿਸੇ 'ਤੇ ਬਾਂਦਰ ਦੀ ਖਲ ਲੱਗਦੀ ਹੈ। ਇਹ ਤਾਂ ਲੱਕੜੀ ਦਾ ਅਤੇ ਜਾਨਵਰ ਦਾ ਜ਼ਿਆਦਾ ਅਤੇ ਮਤਲਬ ਵਰਤੋਂ 'ਚ ਆਉਂਦਾ ਕੰਮ, ਅਤੇ ਵਿੱਚ ਜਿਹੜੀ ਊਠ ਦੀ ਹੱਡੀ ਲੱਗਦੀ ਹੈ ਜਾਂ ਹਾਥੀ ਦੰਦ ਦਾ ਲਾਇਆ ਜਾਂਦਾ, ਜਿੱਥੋਂ ਇਹ ਤਾਰਾਂ ਲੰਘਦੀਆਂ ਨੇ ਚਮੜੇ ਤੋਂ ਹੋ ਕੇ, ਚਮੜੇ ਦੇ ਉੱਪਰ ਜਿਹੜਾ ਬ੍ਰਿਜ ਬਣਿਆ ਹੁੰਦਾ ਜਿਹਨੂੰ ਘੋੜੀ ਕਹਿ ਲੈਂਦੇ ਆ, ਉਹ ਵੀ ਹੱਡੀ ਦੀ ਬਣੀ ਹੁੰਦੀ ਹੈ। ਫਿਰ ਉਹਦੇ ਵਿੱਚੋਂ ਜੋ ਕਿੱਲੀਆਂ ਨੇ ਜਾ ਕੇ ਤਾਰਾਂ ਪੈਂਦੀਆਂ ਨੇ, ਉਹ ਵੀ ਇੱਕ ਹੱਡੀ ਦੇ ਪੁਲ ਥਾਣੀ, ਹੱਡੀ ਦੀ ਘੋੜੀ ਥਾਣੀ ਲੰਘ ਕੇ ਮਤਲਬ ਸਾਜ ਜਿਹੜੇ ਉਹ ਉਹਦੇ ਨਾਲ ਕਿੱਲੀਆਂ ਨਾਲ ਤਾਰਾਂ ਕੱਸੀਆਂ ਜਾਂਦੀਆਂ ਨੇ। ਅਤੇ ਇਸ ਲਈ ਵੱਖ ਵੱਖ ਚੀਜ਼ਾਂ ਦਾ ਸਾਜਾਂ 'ਚ ਜਿਹੜਾ ਨਾ ਪ੍ਰਯੋਗ ਹੁੰਦਾ, ਲੱਕੜੀ ਦਾ, ਹੱਡੀ ਦਾ, ਧਾਂ ਦੀਆਂ ਤਾਰਾਂ ਦਾ, ਚਮੜੇ ਦਾ, ਇਸ ਤਰੀਕੇ ਨਾਲ ਸਾਜ ਬਣਾਏ ਜਾਂਦੇ ਨੇ। ਤੋਂ ਬਾਅਦ ਪਹਿਲ ਤਾਂ ਇਹ ਹੁੰਦੀ ਹੈ ਕਿ ਜਿੱਦਾਂ ਮੇਰੇ ਕੋਲ ਜਿਹੜੇ ਨਿਆਣੇ ਸਿੱਖਦੇ ਨੇ, ਬੱਚੇ ਸਿੱਖਦੇ ਨੇ, ਉਹ ਫਿਰ ਇੱਦਾਂ ਇਹਨਾਂ ਲਈ ਮੈਂ ਇੱਕ ਸ਼ਰਤ ਰੱਖੀ ਹੈ ਵੀ ਜਿਹੜਾ ਨਿਆਣਾ 10 ਸ਼ਬਦ ਸੁਣਾ ਦਿੰਦਾ ਹੈ ਗੁਰੂ ਘਰ ਰੋਜ਼ਾਨਾ ਆਣ ਕੇ, ਕਿ ਆਪਣੇ ਨਾਲ ਦੇ ਸਾਥੀ ਦੇ ਸਾਜ ਤੋਂ ਰਿਆਜ਼ ਕਰਕੇ, ਜਿੱਦਾਂ ਉਹਨਾਂ ਦੇ 10 ਸ਼ਬਦ ਪੂਰੇ ਹੋ ਗਏ
ਉਹ ਸਾਜ਼ ਉਸ ਨਿਆਣੇ ਨੂੰ ਦੇ ਦਿੱਤਾ ਜਾਂਦਾ ਭੇਟਾ ਰਹਿਤ। ਫਿਰ ਖਰੀਦਣ ਵੇਚਣ ਦੀ ਗੱਲ ਕਰ ਲਓ ਵੀ ਅੱਜ ਤੱਕ ਮੈਂ ਕਿਸੇ ਨੂੰ ਅਜਾਇਬ ਘਰ 'ਚ ਰੱਖਣ ਲਈ ਜਾਂ ਕਿਸੇ ਨੂੰ ਘਰ ਸਜਾ ਕੇ ਰੱਖਣ ਲਈ ਸਾਜ਼ ਨਹੀਂ ਦਿੱਤਾ। ਜਿੰਨੇ ਵੀ ਹੁਣ ਤੱਕ ਸਾਜ਼ ਗਏ ਨੇ ਉਹ ਵਜਾਉਣ ਵਾਲੇ ਦੇ ਹੱਥਾਂ 'ਚ ਹੀ ਗਏ ਨੇ। ਇਹਨਾਂ 'ਚ ਰਬਾਬ ਹੋ ਗਿਆ, ਸਰੰਗੀ, ਸਰੰਦਾ, ਹਰ ਕਿਸਮ ਦੇ ਸਾਜ਼ ਜਿਹੜੇ ਨੇ ਉਹ ਮੈਂ ਵੇਚੇ ਵੀ ਨੇ ਅਤੇ ਭੇਟਾ ਰਹਿਤ ਵੀ ਦਿੱਤੇ ਨੇ। ਅਤੇ ਖਾਸ ਕਰ ਪਹਿਲ ਜਿੱਦਾਂ ਬੱਚੇ ਜਿਹੜੇ ਮੇਰੇ ਕੋਲ ਆਣ ਕੇ ਸਿੱਖਦੇ ਆ ਅਤੇ ਉਹਨਾਂ ਦੀ ਪਹਿਲ ਆ, ਵੇਚਣ ਤੋਂ ਪਹਿਲਾਂ ਮੈਂ ਉਹਨਾਂ ਨੂੰ ਪਹਿਲ ਦਿੰਦਾ ਵਾਂ ਵੀ ਜਿਹੜਾ ਮੈਨੂੰ ਬੱਚਾ ਕੋਈ 5 ਸ਼ਬਦ ਜਾਂ 10 ਸ਼ਬਦ ਸੁਣਾ ਦਿੰਦਾ ਆ ਉਹਨੂੰ ਸਾਜ਼ ਉਹਦੀ ਮੈਂ ਝੋਲੀ 'ਚ ਪਾ ਦਿੰਦਾ। ਕਿਉਂਕਿ ਗੁਰੂ ਸਾਹਿਬ ਕਿਹੜਾ ਸਾਨੂੰ ਪੈਸੇ ਲੈ ਕੇ ਕੀਰਤਨ ਸਿਖਾ ਕੇ ਗਏ, ਹੈ ਨਾ, ਪੈਸੇ ਦੇ ਆਪਸ਼ਨ ਦੂਜੇ ਨੰਬਰ 'ਤੇ ਆ। ਕਿਉਂਕਿ ਕਈ ਸੌਖੇ ਲੋਕ ਨੇ ਜਿਨ੍ਹਾਂ ਕੋਲ ਪੈਸੇ ਦੀ ਭਰਮਾਰ ਆ ਜਾਂ ਉਹ ਚਾਹੁੰਦੇ ਨੇ ਵੀ ਆਪਾਂ ਕਿਸੇ ਦੀ ਮਿਹਨਤ ਨਹੀਂ ਰੱਖਣੀ, ਉਹ ਫਿਰ ਆਪਾਂ ਨੂੰ ਪੈਸੇ ਵੀ ਦੇ ਦਿੰਦੇ, ਆਪਾਂ ਸਾਜ਼ ਵੇਚ ਵੀ ਦਿੰਦੇ ਹਾਂ। ਜਿੱਦਾਂ ਹੁਣ ਤੱਕ ਜਿੱਦਾਂ ਮੈਂ ਸਾਜ਼ ਘੜਦਾ, ਇਹ ਕੁਛ ਨਿਆਣੇ ਮੇਰੇ ਕੋਲ ਜਿੱਦਾਂ ਔਨਲਾਈਨ ਸਿੱਖਦੇ ਆ, ਉਹਨਾਂ ਨੂੰ ਫਿਰ ਮੈਂ ਪਹਿਲਾਂ ਸਾਜ਼ ਘੱਲਣਾ ਅਤੇ ਫਿਰ ਉਹਨਾਂ ਨੂੰ ਮੈਂ ਔਨਲਾਈਨ ਸਿਖਾਉਂਦਾ ਵਾਂ। ਉਹਨਾਂ ਬਦਲੇ ਕਈ ਤਾਂ ਮੈਨੂੰ ਪੈਸੇ ਦੇ ਦਿੰਦੇ ਆ, ਕਈ ਫਿਰ ਮੈਨੂੰ ਸਾਜ਼ ਬਣਾਉਣ 'ਚ ਮੇਰੀ ਮਦਦ ਕਰ ਦਿੰਦੇ ਆ, ਲੱਕੜ ਲੈਣ ਲਈ ਜਾਂ ਬੱਚਿਆਂ ਨੂੰ ਸਾਜ਼ ਲੈ ਕੇ ਵੰਡਣ ਲਈ ਉਹ ਮੈਨੂੰ ਪੈਸੇ ਭੇਜ ਦਿੰਦੇ ਨੇ। ਫਿਰ ਮੈਂ ਉਹਨਾਂ ਦਾ ਸਮਾਨ ਲੈ ਕੇ ਅਤੇ ਬੱਚਿਆਂ ਨੂੰ ਸਾਜ਼ ਬਣਾ ਦਿੰਦਾ, ਜਾਂ ਫਿਰ ਮੈਨੂੰ ਕੋਈ ਔਜ਼ਾਰ ਭੇਜ ਦਿੰਦਾ ਬਾਹਰੋਂ ਵੀ ਸੋਹਣੇ ਔਜ਼ਾਰ ਬਣੇ ਹੁੰਦੇ ਨੇ ਬਾਹਰ ਦੇ ਮੁਲਕਾਂ 'ਚ, ਅਤੇ ਉਹਨਾਂ ਔਜ਼ਾਰਾਂ ਦੇ ਨਾਲ ਸਾਜ਼ ਸੌਖਾ ਘੜਿਆ ਜਾਂਦਾ, ਜ਼ੋਰ ਘੱਟ ਲੱਗਦਾ। ਇਸ ਲਈ ਕਈ ਮੁਲਕਾਂ 'ਚ ਜਿੱਦਾਂ ਕਨੇਡਾ ਹੋ ਗਿਆ, ਅਮਰੀਕਾ, ਆਸਟ੍ਰੇਲੀਆ, ਹੋਰ ਬਥੇਰੇ ਦੇਸ਼ਾਂ 'ਚ ਮੈਂ ਸਾਜ਼ ਘੱਲੇ ਨੇ ਜੋ ਨਿਆਣੇ ਸਿੱਖਦੇ ਨੇ। ਕਈਆਂ ਨਿਆਣਿਆਂ ਨੂੰ ਮੈਂ ਅੱਜ ਤੱਕ ਮਿਲਿਆ ਵੀ ਨਹੀਂ ਵੀ ਉਹ ਗੁਰੂ ਘਰ ਹਾਜ਼ਰੀ ਲਵਾਉਣ ਲੱਗ ਪਏ, ਉਹ ਕੀਰਤਨ ਕਰਦੇ ਨੇ। ਇਸ ਤਰੀਕੇ ਨਾਲ ਵੱਖ ਵੱਖ ਮਤਲਬ ਮੁਲਕਾਂ 'ਚ ਜਿਹੜੇ ਨੇ ਆਪਣੇ ਸਾਜ਼ ਗਏ ਨੇ। ਗਾਹੇ ਸੂਫੀ ਗਾਹੇ ਜਹਦ ਗਾਹੇ ਕਲੰਦਰ ਮੇ ਸ਼ਬਦ ਰੰਗ ਹਾਏ ਮੁਖਤਲਿਫ ਭਾਰਤ ਸੁੱਤੇ ਅਯਾਰ ਰੰਗ ਹਾਏ ਮੁਖਤਲਿਫ ਭਾਰਤ ਸੁੱਤੇ ਅਯਾਰ ਸਾਜ਼, ਹੈ ਨਾ, ਇਹ ਅਨਹਦ ਨਾਲ ਸੰਬੰਧ ਰੱਖਦੇ ਨੇ। ਆਪਾਂ ਇਹਨਾਂ ਨੂੰ ਕਿਸੇ ਮੁਲਕਾਂ 'ਚ ਨਹੀਂ ਵੰਡ ਸਕਦੇ ਵੀ ਉਸ ਮੁਲਕ ਦੇ ਆ ਸਾਜ਼ ਨੇ। ਇਹ ਸਾਜ਼ਾਂ ਦਾ ਸੰਬੰਧ ਹੈ ਸਾਧੂ ਸੰਤਾਂ ਨਾਲ, ਪੀਰਾਂ ਪੈਗੰਬਰਾਂ ਨਾਲ, ਪਾਤਸ਼ਾਹੀਆਂ ਨਾਲ, ਗੁਰੂ ਸਾਹਿਬਾਂ ਨਾਲ। ਉਹ ਫਿਰ ਜਦੋਂ ਕਿਸੇ ਅਵਸਥਾ ਨੂੰ ਪ੍ਰਾਪਤ ਹੁੰਦਾ, ਜਦੋਂ ਅਨਹਦ ਦੀ ਅਵਸਥਾ ਤੱਕ ਪਹੁੰਚਦਾ, ਜਦੋਂ ਮਾਲਕ ਨਾਲ ਉਹਦੀ ਲਿਵ ਜੁੜਦੀ ਹੈ, ਫਿਰ ਅਨਹਦ ਨੂੰ ਮਹਿਸੂਸ ਕਰਦਾ, ਇੱਕ ਅਲਾਹੀ ਸੰਗੀਤ ਮਹਿਸੂਸ ਕਰਦਾ। ਜਦੋਂ ਸਾਧੂ ਸੰਤਾਂ ਨੇ, ਗੁਰੂ ਸਾਹਿਬਾਂ ਨੇ ਉਹ ਅਨਹਦ ਨੂੰ ਮਹਿਸੂਸ ਕੀਤਾ, ਉਸ ਧੁਨ ਤੋਂ ਉਹ ਸਾਜ਼ ਘੜੇ ਨੇ ਆਪਣੇ, ਵੀ ਆਮ ਜਨਤਾ ਨੂੰ, ਆਮ ਸੰਗਤ ਨੂੰ ਉਹਨਾਂ ਦੇ ਕੰਨਾਂ 'ਚ ਉਹਨਾਂ ਸਾਜ਼ਾਂ ਦੀ ਆਵਾਜ਼ ਪਵੇ, ਫਿਰ ਉਸ ਆਵਾਜ਼ ਸੰਗ ਸ਼ਬਦ ਰਲੇ, ਉਹ ਸਾਡੇ ਮਨ 'ਚ ਟਿਕੇ। ਜਿੱਦਾਂ ਹੁਣ ਰਬਾਬ ਤੋਂ ਹਾਰਮੋਨੀਅਮ ਤੱਕ ਕਿੱਦਾਂ ਆਏ ਆਪਾਂ, ਹੈ ਨਾ, ਕਿੱਦਾਂ ਇਹ 'ਚ ਕਈ ਗੱਲਾਂ ਨੇ। ਵਕਤ ਅਨੁਸਾਰ ਚੀਜ਼ਾਂ ਬਦਲਦੀਆਂ ਰਹਿੰਦੀਆਂ, ਖਿੱਤੇ ਬਦਲਦੇ ਰਹਿੰਦੇ ਆ, ਲੋਕਾਂ ਦਾ ਬਸੇਰਾ ਬਦਲਦਾ ਰਹਿੰਦਾ। ਇਸ ਤਰੀਕੇ ਨਾਲ ਕੌਮ ਬੜੇ ਔਂਕੜਾਂ ਦੇ ਵਿੱਚ ਪਹਿਲਾਂ ਨਿਕਲੀ, ਰਬਾਬ ਨਾਲ, ਸਰੰਦੇ ਨਾਲ ਕੀਰਤਨ ਕਰਦੇ ਹਨ। ਫਿਰ ਜਦੋਂ ਅੰਗਰੇਜ਼ਾਂ ਦਾ ਵਕਤ ਆਇਆ, ਉਹ ਆਪਣਾ ਫਰਾਂਸ ਤੋਂ ਸਾਜ਼ ਲੈ ਕੇ ਆਏ ਹਾਰਮੋਨੀਅਮ, ਅਤੇ ਆਪਾਂ ਸੌਖੀ ਚੀਜ਼ ਵੇਖ ਕੇ ਹਾਰਮੋਨੀਅਮ ਵੱਲ ਜ਼ਿਆਦਾ ਝੁਕਾਅ ਇਸ ਕਰਕੇ ਹੋ ਗਿਆ ਵੀ ਉਹ ਸੌਖਾ ਸੀਗਾ, ਇਸ ਕਰਕੇ ਆਪਾਂ ਰਬਾਬ ਤੋਂ ਹਾਰਮੋਨੀਅਮ ਤੱਕ ਜ਼ਿਆਦਾ ਆ ਗਏ। ਫਿਲਹਾਲ ਤੱਕ ਬਹੁਤ ਜ਼ਿਆਦਾ ਹਾਰਮੋਨੀਅਮ ਦਾ ਪ੍ਰਚਲਨ ਹੈ ਵੀ ਸੌਖੇ ਹੋਣ ਕਰਕੇ, ਹਾਂਜੀ। ਬਾਕੀ ਜੋ ਸੰਪੂਰਨ ਸਾਜ਼ ਹੈ ਉਹ ਰਬਾਬ ਹੀ ਹੈ, 37 ਸਾਜ਼ ਹੀ ਸੰਪੂਰਨ ਨੇ। ਆਪਾਂ ਕਣਕ ਜਿੰਨੀ ਚੀਜ਼ ਵੀ ਆਪਾਂ ਉੱਤੇ ਦੱਸ ਸਕਦੇ ਹਾਂ, ਰਬਾਬ 'ਤੇ, ਸਰੰਗੀ 'ਤੇ, ਸਰੰਦੇ 'ਤੇ, ਤਾਂ ਹਾਰਮੋਨੀਅਮ ਹੈ ਸਾ ਆ ਰੇ ਕੋਮਲ, ਸਾ ਤੋਂ ਰੇ ਕੋਮਲ ਦੇ ਜਾਂਦਿਆਂ ਵਿੱਚ ਕੁਛ ਹੈਗਾ ਨਾ, ਉਹ ਆਪਾਂ ਵਾਜੇ ਤਾਂ ਨਹੀਂ ਦੱਸ ਸਕਦੇ। ਜੇ ਇਕੱਲਾ ਵਜਾ ਕੇ ਦੱਸਣਾ ਹੋਵੇ ਤਾਂ ਆਪਾਂ ਤਾਰ ਦੇ ਉੱਤੇ ਉਹ ਦੱਸ ਸਕਦੇ ਹਾਂ, ਸਾ ਸਰ ਥੋੜ੍ਹਾ ਜਿਹਾ ਗਾਂਹ ਚਲ ਜਾਓ,
ਰੇ ਤੋਂ ਥੋੜ੍ਹਾ ਜਿਹਾ ਪਿੱਛੇ ਆ ਜਾਓ, ਰੇ ਕੋਮਲ ਤੋਂ ਆਪਾਂ ਕਣਕ ਜਿੰਨੀ ਚੀਜ਼ ਵੀ ਤਾਰ ਦੇ ਦੱਸ ਸਕਦੇ ਹਾਂ, ਹਾਰਮੋਨੀਅਮ 'ਤੇ ਆਪਾਂ ਵੱਜੇ ਹਾਂ ਵੀ ਇਹੀ ਵੱਜੂਗਾ ਇਹੀ ਵੱਜੂਗਾ। ਫਿਰ ਬਾਣੀ ਜਿੰਨਾ ਬਾਣੀ ਨੂੰ ਮਹਾਤਮ ਦਿੱਤਾ ਗੁਰੂ ਸਾਹਿਬ ਨੇ, ਉਨਾ ਹੀ ਨਾ ਸਾਜਾਂ ਨੂੰ ਦਿੱਤਾ। ਗੁਰੂ ਸਾਹਿਬ ਨੇ ਆਪਣੇ ਨਾਲ ਰਬਾਬ ਰੱਖੀ, ਭਾਈ ਮਰਦਾਨਾ ਜੀ ਨੂੰ ਰੱਖਿਆ, ਉਦਾਸੀਆਂ ਕੀਤੀਆਂ, ਇਹਨਾਂ ਨੇ ਲੰਮੇ ਸਫ਼ਰ ਕੀਤੇ, ਸਾਜ ਦੇ ਸੰਗ ਹੀ ਕੀਤੇ, ਗਾਇਕ ਹੀ ਕੀਤੇ। ਜਦੋਂ ਉਹਨਾਂ ਬਾਣੀ ਆਉਂਦੀ ਸੀਗੀ ਅਕਾਲ ਪੁਰਖ ਵੱਲੋਂ, ਕਹਿੰਦੇ ਛੇੜ ਮਰਦਾਨਿਆ ਬਾਣੀ ਆਈ ਹੈ, ਰਬਾਬ ਛੇੜ ਮਰਦਾਨਿਆ ਬਾਣੀ ਆਈ ਹੈ, ਉਦੋਂ ਫਿਰ ਇਹੀ ਚੀਜ਼ਾਂ ਆਪਾਂ ਸੁਣਦੇ ਆਏ ਹਾਂ ਵੀ ਹਾਂ ਬਾਣੀ ਜਿਹੜੀ ਰਬਾਬ ਨਾਲ ਹੀ ਗਾਈ ਗਈ ਹੈ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣਾ ਇਤਿਹਾਸ ਵੇਖੀਏ, ਜਦੋਂ ਬੜਾ ਜੰਗ ਯੁੱਧ ਹੋ ਰਿਹਾ, ਜਦੋਂ 10 ਲੱਖ ਵੈਰੀ ਪਿੱਛੇ ਚੜਿਆ ਆਇਆ ਸੀਗਾ, ਉਦੋਂ ਮਹਾਰਾਜ ਨੇ ਸਰਸਾ ਨਦੀ ਪਾਰ ਕੀਤੀ। ਕੋਈ ਧਨ ਦੌਲਤ ਨਹੀਂ ਖੜਿਆ, ਸਾਹਿਤ ਰੁੜ ਗਿਆ, ਪਰ ਸਰਸਾ ਨਦੀ ਦੇ ਵਿੱਚੋਂ ਸਾਜ ਅਤੇ ਸ਼ਸਤਰ ਹੀ ਪਾਰ ਖੜ੍ਹੇ। ਕਿਉਂ ਖੜ੍ਹੇ? ਗੱਲ ਸੋਚਣ ਵਾਲੀ ਹੈ, ਇੱਥੇ ਗੱਲ ਸੰਪੂਰਨਤਾ ਦੀ ਆਉਂਦੀ ਹੈ ਵੀ ਕਿੱਡੇ ਪੂਰੇ ਅਤੇ ਕਿੱਡੇ ਗੁਰੂ ਸਾਹਿਬ ਨੂੰ ਸਾਜ ਪਿਆਰੇ ਹੋਣਗੇ ਵੀ ਉਹਨਾਂ ਸਰਸਾ ਨਦੀ ਦੇ ਵਿੱਚੋਂ ਸਾਜ ਅਤੇ ਸ਼ਸਤਰ ਹੀ ਪਾਰ ਖੜ੍ਹੇ। ਫਿਰ ਸਰਸਾ ਨਦੀ ਦੇ ਕੰਢੇ ਬਹਿ ਕੇ ਕੀਰਤਨ ਕੀਤਾ ਆਸਾ ਦੀ ਵਾਰ ਦਾ, ਪਿੱਛੇ ਜੰਗ ਯੁੱਧ ਹੋ ਰਿਹਾ, ਇੱਕ ਪਾਸੇ ਸਾਹਿਬਜ਼ਾਦੇ ਸਾਹਿਬ
ਸਿੰਘ ਯੁੱਧ ਕਰ ਰਹੇ ਨੇ, ਇੱਕ ਪਾਸੇ ਸਾਜਾਂ ਸੰਗ ਕੀਰਤਨ ਹੋ ਰਿਹਾ, ਤਾਂ ਉਹ ਇਕੱਲੇ ਵੀ ਗਾ ਸਕਦੇ ਹਨ ਜਾਂ ਨਹੀਂ ਵੀ ਗਾ ਸਕਦੇ ਹਨ। ਉਸ ਵਕਤ ਉਸ ਹੜੀ ਸਰਸਾ ਦੇ ਵਿੱਚ ਉਹ ਸਾਜ ਪਾਰ ਖੜ੍ਹੇ ਕੀਰਤਨ ਕੀਤਾ। ਇੱਥੋਂ ਪਤਾ ਲੱਗਦਾ ਵੀ ਸਾਜ ਕਿੱਡੇ ਸੰਪੂਰਨ ਨੇ ਜੀਵਨ ਦੇ ਵਿੱਚ, ਅਕਾਲ ਪੁਰਖ ਨੂੰ ਖੁਸ਼ ਕਰਨ ਦੇ ਵਿੱਚ, ਉਹਦੀ ਮਹਿਮਾ ਕਰਨ ਦੇ ਵਿੱਚ। ਆਪਾਂ ਆਪਣੇ ਇਤਿਹਾਸ ਤੋਂ ਮਤਲਬ ਇਹ ਵੇਖ ਸਕਦੇ ਹਾਂ, ਇਹ ਮਹਿਸੂਸ ਕਰ ਸਕਦੇ ਹਾਂ ਵੀ ਸਾਜ ਕਿੰਨੇ ਸੰਪੂਰਨ ਨੇ ਅਤੇ ਕਿੰਨੇ ਸਾਡੀ ਜ਼ਿੰਦਗੀ 'ਚ ਇਹ ਮਹੱਤਵ ਰੱਖਦੇ ਨੇ। ਛੱਡ ਕੇ ਜਦੋਂ ਘੋੜਿਆਂ 'ਤੇ ਚੜ੍ਹਨ ਅਤੇ ਘੋੜਿਆਂ ਦੇ ਪੌੜਾਂ ਸੰਗ ਹੀ ਗਾਉਣ, ਜਿੱਦਾਂ ਪੁਰਾਣੇ ਸਿੰਘ ਵੱਢ ਕੇ ਮੱਸੇ ਰੰਗੜ ਦਾ ਸਿਰ 'ਤੇ ਬੀਕਾਨੇਰ ਦੇ ਝੱਲਾਂ 'ਚ ਜਾ ਵੜਦੇ ਸੀਗੇ, ਉਹ ਫਿਰ ਜਾਂਦੇ ਜਾਂਦੇ ਘੋੜਿਆਂ ਦੇ ਪੌੜਾਂ ਦੇ ਤਾਲ ਨਾਲ ਹੀ ਨਿਤਨੇਮ ਕਰਦੇ ਸੀ, ਘੋੜਿਆਂ ਦੇ ਪੌੜਾਂ ਦੇ ਤਾਲ ਨਾਲ ਹੀ ਜਾਪ ਸਾਹਿਬ ਪੜ੍ਹਦੇ ਸੀਗੇ। ਇਸ ਲਈ ਜਦੋਂ ਇਹ ਸਾਜ ਫੜ ਲੈਣ, ਸਾਜ ਨਾਲ ਗਾਉਣ, ਜਦੋਂ ਘੋੜਿਆਂ 'ਤੇ ਚੜ੍ਹ ਜਾਣ, ਘੋੜਿਆਂ ਦੇ ਪੌੜਾਂ ਨਾਲ ਗਾਉਣ, ਉੱਦਾਂ ਹੀ ਰਬਾਬ ਦੀ ਤਨਕਾਰ ਚੱਲਦੀ, ਉੱਦਾਂ ਹੀ ਘੋੜਿਆਂ ਦੇ ਪੌੜ ਚੱਲਦੇ ਨੇ, ਅਤੇ ਉੱਦਾਂ ਹੀ ਤਲਵਾਰਾਂ ਢਾਲਾਂ 'ਤੇ ਵੱਜਦੀਆਂ ਨੇ, ਆਪੋ 'ਚ ਖਹਿੰਦੀਆਂ ਨੇ। ਪੁਰਾਣੇ ਸਿੰਘ ਕਿਉਂ ਚੌਕਸਣੇ ਨੇ, ਉਹ ਕਿਉਂ ਯੁੱਧ 'ਚ ਮਾਹਿਰ ਹਨ ਸਨ, ਉਹ ਇਸੇ ਕਰਕੇ ਮਾਹਿਰ ਸਨ, ਚੌਕਸ ਸਨ ਵੀ ਉਹ ਘੋੜੇ ਲਾਗੇ ਰਹਿੰਦੇ ਸੀ। ਜਦੋਂ ਘੋੜੇ ਲਾਗੇ ਰਹਿਣਾ, ਹਰ ਵਕਤ ਚੌਕਸ ਰਹਿਣਾ ਵੀ ਕਿਤੇ ਪੌੜ ਨਾ ਮਾਰਦੇ, ਦੰਦੀ ਨਾ ਵੱਢਦੇ, ਜਿਹਦੇ ਉੱਤੇ ਸਵਾਰੀ ਕਰਨੀ ਆ, ਬੈਲੈਂਸ ਬਣਾ ਕੇ ਰੱਖਣਾ, ਚੁਕੰਨੇ ਰਹਿਣਾ ਵੀ ਆਪਾਂ ਡਿੱਗ ਨਾ ਜਾਈਏ। ਇਸ ਲਈ ਉਹ ਸਾਡਾ ਚੁਕੰਨੇ ਰਹਿਣਾ ਸੁਭਾਅ ਬਣ ਜਾਂਦਾ। ਇੱਦਾਂ ਚੜਾ ਚੜਾਉਣਾ, ਇੱਥੇ ਇੱਕ ਹੱਥ ਇੱਥੇ ਪਾ ਕੇ, ਇੱਕ ਲੱਤ ਫੋਲਡ ਕਰਕੇ ਦੂਜੇ ਨੂੰ ਚੱਕ ਦੇਣਾ ਹੁੰਦਾ, ਠੀਕ ਆ, ਆ ਫੜ ਚੱਲ। ਆਪਣੇ ਨਿਆਣੇ ਅੰਦਰ, ਆਪਣੇ ਅੰਦਰ ਆਪਾਂ ਬਾਣੀ ਪ੍ਰਤੀ ਪ੍ਰੇਮ ਪੈਦਾ ਕਰਨਾ, ਉੱਥੋਂ ਹੀ ਸਾਨੂੰ ਚੰਗਿਆਈ, ਚੰਗੀ ਸੇਧ ਮਿਲਣੀ ਆ, ਚੰਗੀਆਂ ਕਿਤਾਬਾਂ ਜੋ ਕਿ ਬਹੁਤ ਦੁਨੀਆਂ 'ਚ ਚੋਣਵੀਆਂ ਨੇ, ਉਹੀ ਚੰਗੀ ਕਿਤਾਬ ਬੱਚੇ ਨੂੰ ਪੜ੍ਹਾਓ ਜਿਹਦੇ 'ਚ ਪੋਜ਼ਿਟਿਵਿਟੀ ਹੋਵੇ, ਚੰਗਾ ਤਜਰਬਾ ਹੋਵੇ, ਉਹੀ ਜੀਵਨੀ ਪੜ੍ਹੋ ਜਿਹਦੇ 'ਚ ਸੰਪੂਰਨਤਾ ਹੋਵੇ, ਜਿਸ ਨੇ ਚੰਗਾ ਕੰਮ ਕੀਤਾ ਹੋਵੇ, ਸੋਹਣੀਆਂ ਕਿਤਾਬਾਂ ਪੜ੍ਹੋ। ਜੇਕਰ ਬਦਲਾਅ ਦੀ ਗੱਲ ਕਰੋ ਵੀ ਹੁਣ ਆਪਾਂ ਇਸ ਵਕਤ ਬਦਲਾਅ ਕਿੱਦਾਂ ਲਿਆ ਸਕਦੇ ਹਾਂ, ਨਹੀਂ ਉਹ ਗੱਲ ਨਹੀਂ, ਇੱਕਦਮ ਨਹੀਂ ਬਣ ਸਕਦੀ। ਜਿੱਦਾਂ ਮਤਲਬ ਅੱਜ ਕੱਲ੍ਹ ਹੀ ਲਾ ਲਓ ਲੀਡਰਸ਼ਿਪ ਦਾ ਜ਼ੋਰ ਹੈ, ਵੋਟਾਂ ਦਾ, ਰਾਜਨੀਤੀ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ, ਹਰ ਪੱਖਾਂ ਤੋਂ ਰਾਜਨੀਤੀ ਜ਼ਿਆਦਾ ਪ੍ਰਭਾਵੀ ਹੈ, ਚਾਹੇ ਬੇਰੁਜ਼ਗਾਰੀ ਹੋਵੇ, ਸੱਭਿਆਚਾਰ ਹੋਵੇ, ਉਸ ਤਰੀਕੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਚੀਜ਼ ਰਾਜਨੀਤੀ ਹੈ, ਉਹ ਆਪਾਂ ਇੱਕਦਮ ਬਦਲਾਅ ਨਹੀਂ ਲਿਆ ਸਕਦੇ। ਜੇ ਉਹਨੂੰ ਕੋਈ ਚੀਜ਼ ਬਦਲਾਅ ਲਿਆ ਸਕਦੀ ਤਾਂ ਐਜੂਕੇਸ਼ਨ, ਸਿੱਖਿਆ ਲਿਆ ਸਕਦੀ ਹੈ, ਉਹ ਵੀ ਹੁਣ ਨਹੀਂ। ਜੇ ਆਪਾਂ ਹੁਣ ਤੋਂ ਸਿੱਖਿਆ ਸੁਧਾਰ ਇੱਕ ਪੋਜ਼ਿਟਿਵਿਟੀ ਨਾਲ ਕਰਨ ਲੱਗਾਂਗੇ, ਚੰਗੀ ਸਿੱਖਿਆ ਦੇਣ ਲੱਗਾਂਗੇ, ਅੱਜ ਤੋਂ 25 ਸਾਲ ਬਾਅਦ ਕੋਈ ਕਿਸੇ ਅਹੁਦੇ 'ਤੇ ਬਹੂਗਾ, ਨਿਆਣਾ ਕੋਈ ਬੱਚਾ ਸਿੱਖਿਆ ਲੈ ਕੇ 25 ਸਾਲ ਬਾਅਦ ਅਹੁਦੇ 'ਤੇ ਬਹੂਗਾ, ਫਿਰ ਉਹ ਚੰਗੇ ਫੈਸਲੇ ਲੈਣੇ ਸ਼ੁਰੂ ਕਰੂਗਾ। ਇਹ ਬਦਲਾਅ ਹੌਲੀ ਹੌਲੀ ਆਉਣੇ ਨੇ, ਇਸ ਲਈ ਚੰਗੀ ਸਿੱਖਿਆ ਹੀ ਬਦਲਾਅ ਲਿਆ ਸਕਦੀ ਹੈ।